ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਿੰਡ ਪੰਜਾਬ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਜੀ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਅਤੇ ਪਿਛਲਾ ਵਲੋਗ ਮੈਂ ਤੁਹਾਡੇ ਨਾਲ ਸ਼ੇਅਰ ਕਰ ਚੁੱਕੀ ਹਾਂ ਜੀ, ਇਸ ਵਲੋਗ ਦਾ ਜਿਹੜਾ ਪਾਰਟ ਸੀ, ਫਸਟ ਪਾਰਟ ਤੁਹਾਡੇ ਨਾਲ ਸ਼ੇਅਰ ਕਰ ਚੁੱਕੀ ਹਾਂ। ਅਤੇ ਜੇ ਕਾਫੀ ਵਿਊਵਰਸ ਇਸ ਵਲੋਗ 'ਤੇ ਨਵੇਂ ਹੋਣਗੇ, ਆਪਣੀ ਬੇਟੀ ਮਨਵੀਰ ਕੌਰ ਦਾ ਜੀ ਅੱਜ ਬਰਥਡੇ ਹੈ, ਅਤੇ ਇਹ ਜਿਹੜੀ ਪਾਰਟੀ ਹੈ ਮਨਵੀਰ ਦੇ ਨਾਨਕਿਆਂ ਨੇ, ਜਾਣੀ ਕਿ ਮੇਰੇ ਪੇਕਿਆਂ ਨੇ ਕੀਤੀ ਹੈਗੀ। ਅਤੇ ਕਿਉਂਕਿ ਮਨਵੀਰ ਦਾ ਜਿਹੜਾ ਮਨਵੀਰ ਦਾ ਵੀਜ਼ਾ ਆ ਗਿਆ ਜੀ, ਮਨਵੀਰ ਨੇ ਫਿਰ ਬਾਹਰ ਚਲੇ ਜਾਣਾ ਗਾ, ਇਸ ਕਰਕੇ ਇਹਦੇ ਮਾਮਾ ਮਾਮੀ ਨੇ ਸੋਚਿਆ ਸੀ ਵੀ ਮਨਵੀਰ ਦਾ ਇਸ ਵਾਰ ਬਰਥਡੇ ਆਪਾਂ ਸਪੈਸ਼ਲ ਕਰਨਾ ਹੈਗਾ, ਤਾਂ ਕਿ ਵੀ ਕਿਉਂਕਿ ਫਿਰ ਹੈ ਨਾ ਬੱਚਾ ਪਰਦੇਸ ਬਾਹਰ ਚਲਾ ਜਾਂਦਾ ਜੀ, ਪਤਾ ਨਹੀਂ ਬਰਥਡੇ ਨੂੰ ਉਹ ਟਾਈਮ ਆਇਆ ਜਾਂਦਾ ਜਾਂ ਨਾ ਆਇਆ ਜਾਂਦਾ, ਇਸ ਕਰਕੇ ਇਹਦੇ ਮਾਮਾ ਮਾਮੀ ਨੇ ਸੋਚਿਆ ਹੋਇਆ ਸੀ ਵੀ ਜੇ ਮਨਵੀਰ ਫਿਰ ਬਾਹਰ ਚਲੀ ਜਾਊਗੀ ਵੀ ਇਹ ਬਰਥਡੇ ਆਪਾਂ ਮਨਵੀਰ ਦਾ ਧੂਮਧਾਮ ਨਾਲ ਸੈਲੀਬ੍ਰੇਟ ਕਰਨਾ। ਅਤੇ ਮੈਂ ਬਹੁਤ ਜ਼ਿਆਦਾ ਹੈਪੀ ਹਾਂ ਜੀ, ਕਿਉਂਕਿ ਤਾਂ ਬਹੁਤ ਵਧੀਆ ਲੱਗਦਾ ਹੈ ਨਾ ਜਦੋਂ ਆਪਣੇ ਲਈ ਕੋਈ ਖਾਸ ਕਰਦਾ ਹੈਗਾ। ਅਤੇ ਕਾਫੀ ਕੱਲ੍ਹਾਂ ਵਾਲੇ ਵੀਡੀਓ ਵਿੱਚ ਕਮੈਂਟ ਆਏ ਵੀ ਤੁਹਾਡੇ ਭਾਬੀ ਭਰਾ ਬਹੁਤ ਚੰਗੇ ਨੇ। ਬਿਲਕੁਲ ਜੀ, ਬਹੁਤ ਚੰਗੇ ਨੇ, ਬਹੁਤ ਵਧੀਆ ਸਾਰਾ ਕੁਛ। ਐਸੀ ਗੱਲ ਵੀ ਨਹੀਂ ਹੈਗੀ ਵੀ ਅਸੀਂ ਇਹ ਨਾ ਭੈਣ ਭਾਈ ਕਦੇ ਵੀ ਲੜੇ ਨਹੀਂ ਹੋਣੇ, ਨਾ ਹੁਣ ਵੀ ਸਾਡੀ ਤੂੰ ਤੂੰ ਮੈਂ ਹੋ ਜਾਂਦੀ ਹੈ, ਪਰ ਸਾਡੀ ਅਜੇ ਵੀ ਉਹ ਲੜਾਈਆਂ ਨੇ ਨਾ ਜਿਹੜੀਆਂ ਬਚਪਨ ਵਾਲੀਆਂ ਨੇ। ਕਿਤੇ ਵੀ ਸਾਡੀ ਲੜਾਈ ਦੇ ਵਿੱਚੋਂ ਕੋਈ ਹੋਰ ਹੈ ਨਾ, ਕੋਈ ਪੈਸੇ ਵਾਲੀ ਗੱਲ, ਕੋਈ ਸੰਧਾਰਿਆਂ ਵਾਲੀ ਗੱਲ, ਕੋਈ ਸੂਟਾਂ ਵਾਲੀ ਗੱਲ, ਕੋਈ ਕਬੀਲਦਾਰੀ ਵਾਲੀ ਗੱਲ, ਉਹ ਨਹੀਂ ਆਈ ਸਾਡੀ। ਜਿਹੜੀ ਅਜੇ ਵੀ ਥੋੜ੍ਹੀ ਮੋਟੀ ਜਿਹੜੀ ਤੂੰ ਤੂੰ ਤਾਂ ਮੈਂ ਹੁੰਦੀ ਹੈ ਨਾ, ਜਿਵੇਂ ਬਚਪਨ ਦੇ ਵਿੱਚ ਹੁੰਦੀ ਸੀ ਵੀ ਆਪਾਂ ਲੜੇ 15 ਮਿੰਟਾਂ ਬਾਅਦ, ਹਾਂ ਭਾਈ ਹਾਂ ਭੈਣੇ ਕਰਦੇ, ਉਹ ਅਸੀਂ ਉਸ ਤਰ੍ਹਾਂ ਵੀ ਹੁਣ ਕਰਦੇ ਹਾਂ, ਠੀਕ ਹੈ। ਅਤੇ ਬਹੁਤ ਜ਼ਿਆਦਾ ਖੁਸ਼ੀ ਹੈ, ਭਰਜਾਈ ਬਹੁਤ ਵਧੀਆ ਜੀ, ਅਤੇ ਭਰਾ ਬਹੁਤ ਵਧੀਆ, ਸਾਰਾ ਕੁਛ ਵਧੀਆ ਹੈ ਨਾ। ਅਤੇ ਵਾਹਿਗੁਰੂ ਅੱਗੇ ਅਰਦਾਸ ਵੀ ਕਰਦੇ ਹਾਂ ਵੀ ਜਿਸ ਤਰ੍ਹਾਂ ਦਾ ਮੇਰਾ ਭਰਾ ਭਰਜਾਈ ਹੈ, ਅਤੇ ਪਰਮਾਤਮਾ ਸਾਰੀਆਂ ਭੈਣਾਂ ਨੂੰ ਇਸ ਤਰ੍ਹਾਂ ਦੇ ਭਰਾ ਭਰਜਾਈ ਦੇਵੇ, ਬਹੁਤ ਵਧੀਆ। ਅਤੇ ਦੋ ਸਾਡੀ ਫੈਮਿਲੀ ਦੇ ਵਿੱਚ ਘਾਟਾ ਨੇ ਹਮੇਸ਼ਾ ਰਹਿਣਗੀਆਂ। ਅਤੇ ਇੱਕ ਛੋਟੇ ਜੀਜਾ ਜੀ ਹੈ ਨਾ, ਅਮ੍ਰਿਤ ਭੈਣ ਦੇ ਹਸਬੈਂਡ ਜੀ, ਉਹਨਾਂ ਦੀ ਡੈਥ ਹੋ ਗਈ, ਅਤੇ ਹੋ ਗਏ 4 ਸਾਲ ਜੀ। ਅਤੇ ਇੱਕ ਸਾਡੇ ਪਾਪਾ, ਦੋ ਸਾਡੇ ਫੈਮਿਲੀ ਮੈਂਬਰ ਸਾਡੇ 'ਚੋਂ ਘੱਟ ਨੇ, ਅਤੇ ਉਹ ਸਾਨੂੰ ਹਮੇਸ਼ਾ ਉਹਨਾਂ ਦੀ ਜਿਹੜੀ ਘਾਟ ਹੈ, ਜਦੋਂ ਵੀ ਖੁਸ਼ੀ ਦਾ ਪ੍ਰੋਗਰਾਮ ਹੈ ਜੀ, ਕੋਈ ਦੁੱਖ ਦਾ ਪ੍ਰੋਗਰਾਮ ਹੈ, ਜਦੋਂ ਅਸੀਂ ਸਾਰੇ ਹੁੰਦੇ ਹਾਂ ਨਾ, ਉਹਨਾਂ ਦੀ ਘਾਟ ਸਾਨੂੰ ਹਮੇਸ਼ਾ ਰੜਕਦੀ ਹੈ ਅਤੇ ਰੜਕਦੀ ਰਹੂਗੀ। ਬਾਕੀ ਸਾਰੀ ਫੈਮਿਲੀ ਬਹੁਤ ਹੈਪੀ ਹੈ, ਅਤੇ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਛ ਹੈਗਾ, ਅਤੇ ਸਭ ਕੁਛ ਵਧੀਆ। ਅਤੇ ਕੇਕ ਕਟਿੰਗ ਵੀ ਮਨਵੀਰ ਦੇ ਮਾਮਾ ਮਾਮੀ ਕਰਵਾਉਣਗੇ ਮਨਵੀਰ ਨੂੰ, ਇਹਨਾਂ ਦੀ ਹੱਕਬੰਦ ਹੈ ਜੀ, ਪਾਰਟੀ ਇਹਨਾਂ ਨੇ ਕਰਵਾਈ ਹੈ, ਅਤੇ ਮੇਰੇ ਨਾਲੋਂ ਵੱਧ ਮਨਵੀਰ 'ਤੇ ਇਹਨਾਂ ਦਾ ਹੱਕ ਹੈ। ਚਲੋ ਜੀ ਆਪਾਂ ਵਲੋਗ ਇੰਜੋਏ ਕਰਦੇ ਹਾਂ। ਮਾਮੇ ਤਾਂ ਚੋਕਲੇਟ ਜੀ ਖਵਾ ਦੇ। ਚੈਕ ਭਾਈ ਸਾਹਿਬ, ਲੋ ਭਾਈ ਮੰਮੀ ਡੈਡੀ ਆ ਜਾਓ ਭਾਈ।
ਬਣਾ ਲਓ ਨਾਲ ਵੀਡੀਓ ਆਪਣੀ। ਹੋ ਗਿਆ ਨਾ ਵੀ ਮਾਰੇ
ਨੀਤੂ ਤੇ ਜੋਤ ਦੋਨੋਂ ਕਿਹੜੀ ਮਦਦ ਕਰੋ ਤੁਹਾਨੂੰ ਪਤਾ ਹੋਵੇ।
ਜੋਨੀ ਵੀ ਮੇਰੇ ਵਰਗਾ ਘੱਟ ਖਾ ਕੇ ਖੁਸ਼ ਹੈ, ਜੋਨੀ ਵੀ ਨਹੀਂ ਖਾ ਕੇ ਖੁਸ਼ ਹੈ। ਮਾਮੀ ਥੋੜਾ ਖਾਈ ਨਹੀਂ, ਅਸੀਂ ਤਾਂ ਮਾਮੀ ਦੀ ਭਰਜਾਈ ਬਣਾ ਕੇ ਰੱਖਦੇ ਹਾਂਜੀ ਹਾਂ ਖਾ ਹੀ ਜਾਂਦੇ ਨੇ, ਅਸੀਂ ਤਾਂ ਬਾਅਦ ਚ ਖਾਵਾਂਗੇ ਮੁੰਡੇ ਨਾਲ ਖਾ ਲਓ। ਲਓ ਜੀ ਲੰਚ ਹੋ ਗਿਆ, ਟਾਈਮ ਹੋ ਗਿਆ।
ਤੁਸੀਂ ਕਿਵੇਂ ਬੈਠੇ ਰੋਟੀ ਨਹੀਂ ਖਾ ਰਹੇ? ਸ਼ਾਂਤੀ ਨਾਲ ਬੈਠ ਕੇ ਖਾਣੀ ਬਦਲਵਾਈ ਹੋਈ ਪਈ ਬਾਹਰ ਬਣ ਗਈਆਂ ਰੋਟੀਆਂ ਅੰਦਰ ਨੇ ਕੀ ਪਤਾ ਫੁਲਕਾ ਫੋਟੋ ਵਿੱਚ ਹੀ ਕਰਾ ਮੈਨੂੰ ਨੀ ਇਹਦਾ ਹਿਸਾਬ ਦੀਦੀ ਦੇ ਵੀਰ ਜੀ ਲੇਟ ਹੋ ਗਏ ਸੀ ਦੇਰ ਨੂੰ ਸਜਾ ਭਾਈ ਕਿਹੜੀ ਦੇਣੀ ਚਲੋ ਕੋਈ ਨਾ ਦੇਰ ਆਏ ਦਰੁਸਤ ਆਏ ਸਾਰੇ ਪੁੱਛਣਾ ਤੁਹਾਡੀ ਦਾਨਗੜ੍ਹ ਕੀ ਰਿਸ਼ਤੇਦਾਰੀ ਹੈ ਦਾਨਗੜ੍ਹ ਹਾਂਜੀ ਦੱਸੋ ਸਾਡੀ ਕੀ ਰਿਸ਼ਤੇਦਾਰੀ ਹੈ ਦਿਲ ਦੇ ਰਿਸ਼ਤੇ ਨੇ ਨਾ ਹਾਂਜੀ ਦੇਖੋ ਦਿਲ ਦੇ ਰਿਸ਼ਤੇ ਸਾਡੀ ਪਿਆਰ ਮੁਹੱਬਤ ਦੀ ਰਿਸ਼ਤੇਦਾਰੀ ਹੈ ਜੀ ਦੀਦੀ ਬਣੀ ਹੁਣ ਨਾ ਉਹ ਸਾਰਿਆਂ ਨੂੰ ਵੱਡਾ ਰਿਸ਼ਤਾ ਹਾਂਜੀ ਹਾਂ ਆਪਣਾ ਉਹ ਨਹੀਂ ਆ ਗਿਆ ਤੇ ਬਈ ਇੱਧਰ ਸਾਰਾ ਚੰਗਾ ਜੋਤ ਬਾਏ ਇਹਦਾ ਨੇੜੀ ਹੈ ਇਹਦਾ ਆ ਜਾ ਮਾਮਾ ਜੀ ਮਾਮੀ ਜੀ ਲੈ ਆਇਓ
ਚਲੋ ਠੀਕ ਹੈ ਜੀ, ਆਪਾਂ ਅੱਜ ਵਾਲੇ ਵਲੋਗ ਦਾ ਐਂਡ ਇੱਥੇ ਕਰਦੇ ਹਾਂ। ਕੱਲ੍ਹ ਨੂੰ ਨਵੇਂ ਵਲੋਗ ਦੇ ਨਾਲ ਮਿਲਦੇ ਹਾਂ, ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਵੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਠੀਕ ਹੈ ਜੀ, ਕੱਲ੍ਹ ਨੂੰ ਨਵੇਂ ਵਲੋਗ ਨਾਲ ਮਿਲਦੇ ਹਾਂ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਬਾਏ।